ਚੰਡੀਗੜ੍ਹ ਸੈਕਟਰ 17 ਦੇ ਵਿੱਚ ਦ ਸਪਾਇਰ ਇਮੀਗ੍ਰੇਸ਼ਨ ਕੰਪਨੀ ਜਿਹੜੀ ਹੈਗੀ ਆ ਉਹਦੇ ਵੱਲੋਂ ਫਰੌਡ ਕੀਤਾ ਗਿਆ ਸੈਂਕੜੇ ਲੋਕਾਂ ਦੇ ਨਾਲ, ਅਤੇ ਉਸ ਤੋਂ ਬਾਅਦ ਆਪਣਾ ਆਫਿਸ ਬੰਦ ਕਰਕੇ ਫਰਾਰ ਹੋ ਗਏ। ਰਫੂ ਚੱਕਰ ਹੋਣ ਤੋਂ ਬਾਅਦ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਚੰਡੀਗੜ੍ਹ ਸੈਕਟਰ 17 ਦੀ ਪੁਲਿਸ ਨੇ ਨਹੀਂ ਕੀਤੀ। ਮੇਰਾ ਜੀ 10.5 ਲੱਖ ਕਿਹੜੀ ਕੰਪਨੀ ਦੇ ਕੋਲ? ਇਹ 10 ਫਾਇਰ ਕੰਪਨੀ ਜੀ ਸੈਕਟਰ 17 ਨੇ ਸਾਡੇ ਸਾਰੇ ਕਾਗਜ਼ ਨਕਲੀ ਦੇ ਵੇ ਆ ਜੀ। ਕੋਈ ਕਾਗਜ਼ ਇਹਨਾਂ ਦਾ ਅਸਲੀ ਨਹੀਂ ਹੈ ਜੀ। ਇਹ ਇਹਨਾਂ ਦੇ ਚੈੱਕ ਵੀ ਸਾਨੂੰ ਦੇ ਵੇ ਆ ਜੀ। ਇਹਨਾਂ ਦੇ 3-4 ਚੈੱਕ ਫਰੋਡ ਆ ਜੀ। ਕੋਈ ਨਾ ਇਹਨਾਂ ਦਾ ਬੈਂਕ ਦੇ ਵਿੱਚ ਐਡਰੈਸ ਪੂਰਾ ਹੈ, ਨਾ ਥਾਣੇ 'ਚ ਐਡਰੈਸ, ਕੋਈ ਵੀ ਐਡਰੈਸ ਇਹਨਾਂ ਦਾ ਪੂਰਾ ਨਹੀਂ ਹੈ ਜੀ। ਮੇਰੇ ਹੈ 25 ਲੱਖ ਰੁਪਏ। 25 ਲੱਖ ਰੁਪਏ? ਹਾਂ, 3 ਉਸਕੇ ਦੋਸਤ ਹੈ ਔਰ ਇੱਕ ਮੇਰਾ ਬੇਟਾ ਹੈ। ਪੰਜਾਬ ਚੰਡੀਗੜ੍ਹ ਦੇ ਵਿੱਚ ਇਮੀਗ੍ਰੇਸ਼ਨ ਫਰੌਡ ਦੀਆਂ ਕਹਾਣੀਆਂ ਤੁਸੀਂ ਆਮ ਤੌਰ 'ਤੇ ਸੁਣੀਆਂ ਹੋਣਗੀਆਂ, ਲੇਕਿਨ ਜਿਹੜੀ ਹੁਣ ਤੁਹਾਨੂੰ ਫਰੌਡ ਦੀ ਕਹਾਣੀ ਦੱਸਣ ਲੱਗੇ ਹਾਂ, ਇਹ ਕਹਾਣੀ ਚੰਡੀਗੜ੍ਹ ਸੈਕਟਰ 17 ਤੋਂ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ ਤੱਕ ਫੈਲੀ ਹੋਈ ਹੈ। ਚੰਡੀਗੜ੍ਹ ਸੈਕਟਰ 17 ਦੇ ਵਿੱਚ ਦ ਸਪਾਇਰ ਇਮੀਗ੍ਰੇਸ਼ਨ ਕੰਪਨੀ ਜਿਹੜੀ ਹੈਗੀ ਆ ਉਹਦੇ ਵੱਲੋਂ ਫਰੌਡ ਕੀਤਾ ਗਿਆ ਸੈਂਕੜੇ ਲੋਕਾਂ ਦੇ ਨਾਲ, ਅਤੇ ਉਸ ਤੋਂ ਬਾਅਦ ਆਪਣਾ ਆਫਿਸ ਬੰਦ ਕਰਕੇ ਫਰਾਰ ਹੋ ਗਏ। ਰਫੂ ਚੱਕਰ ਹੋਣ ਤੋਂ ਬਾਅਦ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਚੰਡੀਗੜ੍ਹ ਸੈਕਟਰ 17 ਦੀ ਪੁਲਿਸ ਨੇ ਨਹੀਂ ਕੀਤੀ। ਤਾਂ ਲਗਾਤਾਰ ਜਿਹੜੇ ਅਫੈਕਟਡ ਲੋਕ ਨੇ, ਜਿਹੜੇ ਪੀੜਤ ਨੇ, ਉਹਨਾਂ ਵੱਲੋਂ ਗੇੜੇ ਮਾਰੇ ਜਾ ਰਹੇ ਨੇ ਕੰਪਨੀ ਦੇ ਵਿੱਚ, ਨਾਲ ਨਾਲ ਪੁਲਿਸ ਸਟੇਸ਼ਨ ਦੇ ਵਿੱਚ, ਲੇਕਿਨ ਨਾ ਤਾਂ ਨਿਆਂ ਕੰਪਨੀ ਵੱਲੋਂ ਮਿਲ ਰਿਹਾ ਅਤੇ ਨਾ ਹੀ ਪੁਲਿਸ ਸਟੇਸ਼ਨ ਦੇ ਵਿੱਚ। ਤਾਂ ਤਸਵੀਰਾਂ ਅਸੀਂ ਇੱਥੇ ਦ ਸਪਾਇਰ ਦੀਆਂ ਦਿਖਾ ਦਿੰਦੇ ਹਾਂ, ਕੋਸ਼ਿਸ਼ ਕਰਾਂਗੇ ਅੰਦਰ ਦੀਆਂ ਥੋੜੀਆਂ ਤਸਵੀਰਾਂ ਦਿਖਾ ਦਈਏ। ਇਹ CCTV ਕੈਮਰਾ ਜਿਹੜਾ ਕਿ ਹੁਣ ਉੱਤੇ ਲਾ ਕੇ ਟੇਪ ਬੰਦ ਕਰ ਦਿੱਤਾ ਗਿਆ, ਅਤੇ ਅੰਦਰ ਦੇਖੋ ਤੁਸੀਂ, ਇਹ ਦ ਸਪਾਇਰ ਦਾ ਆਫਿਸ ਹੈ ਜਿਨ੍ਹਾਂ ਨੇ ਕਰੋੜਾਂ ਰੁਪਏ ਦੀਆਂ, ਇਹ ਕੋਈ 1-2 ਕਰੋੜ ਨਹੀਂ, 2-4 ਕਰੋੜ ਨਹੀਂ, ਇਹਦੇ 10 ਕਰੋੜ ਤੋਂ ਜ਼ਿਆਦਾ ਠੱਗੀਆਂ ਮਾਰ ਕੇ ਇੱਥੋਂ ਫਰਾਰ ਹੋ ਚੁੱਕੇ ਨੇ। ਹਾਲਾਂਕਿ ਅਸੀਂ ਇਹਨਾਂ ਨਾਲ ਲਗਾਤਾਰ ਕੋਆਰਡੀਨੇਸ਼ਨ ਕਰਨ ਦੀ, ਇਹਨਾਂ ਦਾ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਿਸੇ ਵੀ ਤਰੀਕੇ ਦਾ ਰਿਸਪੌਂਡ ਇਹਨਾਂ ਵੱਲੋਂ ਨਹੀਂ ਕੀਤਾ ਗਿਆ। ਤਾਂ ਇਸ ਕੰਪਨੀ ਵੱਲੋਂ, ਕਿਉਂਕਿ ਇਹ ਕੰਪਨੀ ਸਿਰਫ 17 ਸੈਕਟਰ ਦੇ ਵਿੱਚ ਇਹਨਾਂ ਦਾ ਆਫਿਸ ਨਹੀਂ ਹੈ, ਸੈਕਟਰ 44 ਦੇ ਵਿੱਚ ਵੀ ਇਹਨਾਂ ਦਾ ਆਫਿਸ ਹੈ, ਉਹ ਵੀ ਆਫਿਸ ਬੰਦ ਕਰ ਦਿੱਤਾ ਗਿਆ। ਤਾਂ ਲਗਾਤਾਰ ਜਿਹੜੇ ਪੀੜਤ ਪਰਿਵਾਰ ਨੇ ਉਹ ਇੱਥੇ ਆ ਰਹੇ ਨੇ, ਕਿਸੇ ਨੇ 20 ਲੱਖ ਦਿੱਤਾ, ਕਿਸੇ ਨੇ 40 ਲੱਖ ਦਿੱਤਾ, ਕਿਸੇ ਨੇ 25 ਲੱਖ ਦਿੱਤਾ, ਉਹ ਲਗਾਤਾਰ ਪੁਲਿਸ ਸਟੇਸ਼ਨ ਆ ਰਹੇ ਨੇ। ਲੇਕਿਨ ਪੁਲਿਸ ਦੇ ਜਿਹੜੇ SHO ਹੈਗੇ ਨੇ ਸੈਕਟਰ 17 ਦੇ, ਉਹ ਵੀ ਜਿਹੜੇ ਧੋਖਾਧੜੀ ਦੇ ਮਾਮਲੇ ਦੇ ਵਿੱਚ CBI ਵੱਲੋਂ ਗ੍ਰਿਫਤਾਰ ਕਰ ਲਏ ਗਏ ਸੀ, ਹੁਣ ਉਹਨਾਂ ਨੂੰ ਪੁਲਿਸ ਲਾਈਨ ਦੇ ਵਿੱਚ ਭੇਜ ਦਿੱਤਾ ਗਿਆ, ਤਾਂ ਉਹ ਵੀ ਫਰੌਡ ਦੇ ਵਿੱਚ ਗ੍ਰਿਫਤਾਰ ਕੀਤੇ ਗਏ। ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੈ, ਅਤੇ ਨਾਲ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਉਹਨਾਂ ਨੂੰ ਫਰੌਡ ਕਰਨ ਦਾ, ਲੋਕਾਂ ਨਾਲ ਧੋਖਾਧੜੀ ਕਰਨ ਦਾ ਮੌਕਾ ਮਿਲ ਜਾਂਦਾ। ਤਾਂ ਇਸ ਤਰੀਕੇ ਦੀ ਤਸਵੀਰ ਚੰਡੀਗੜ੍ਹ ਸੈਕਟਰ 17 ਦੇ ਵਿੱਚੋਂ ਨਿਕਲ ਕੇ ਆ ਰਹੀ ਹੈ। ਜਿਵੇਂ ਅਸੀਂ ਗੱਲਬਾਤ ਵੀ ਕੀਤੀ ਲਗਾਤਾਰ ਪੀੜਤ ਪਰਿਵਾਰਾਂ ਦੇ ਨਾਲ, ਉਹ ਕਹਿੰਦੇ ਨੇ ਕਿ ਬੜੇ ਔਖੇ ਹੋ ਕੇ ਅਸੀਂ ਲੋਨ ਲੈ ਕੇ ਪੈਸੇ ਭਰੇ ਸੀਗੇ, ਲੇਕਿਨ ਕੰਪਨੀ ਪੈਸੇ ਲੈ ਕੇ ਰਫੂ ਚੱਕਰ ਹੋ ਗਈ ਹੈ। ਨਮਸਕਾਰ ਜੀ, ਮੇਰਾ ਨਾਮ ਸੁਖਦੇਵ ਸਿੰਘ। ਕਿੱਥੋਂ ਆਏ ਹਾਂ? ਅਸੀਂ ਤਰਨ ਤਾਰਨ ਸਾਹਿਬ ਤੋਂ। ਅੱਛਾ, ਅਤੇ ਕਿੰਨੇ ਕੁ ਪੈਸੇ ਤੁਹਾਡੇ ਸੀ? ਮੇਰਾ ਜੀ 10.5 ਲੱਖ ਰੁਪਏ ਜੀ। ਅੱਛਾ, 10.5 ਲੱਖ। ਹਾਂਜੀ। ਕਿਹੜੀ ਕੰਪਨੀ ਦੇ ਕੋਲ ਦਿੱਤਾ? ਇਹ 10 ਫਾਇਰ ਕੰਪਨੀ ਜੀ, ਸੈਕਟਰ 17। ਇਹ ਦਿਖਾ ਦਿਓ ਜ਼ਰਾ, ਇਹ ਸੈਕਟਰ 17 ਦੇ ਵਿੱਚ 10 ਫਾਇਰ ਕੰਪਨੀ ਹੈਗੀ ਆ, ਇਮੀਗ੍ਰੇਸ਼ਨ ਕੰਪਨੀ ਆ, ਜਿਨ੍ਹਾਂ ਕੋਲ ਇਹਨਾਂ ਨੇ 10.5 ਲੱਖ ਰੁਪਏ ਦਿਖਾ ਦਿਓ। ਸਬੂਤ ਕਿਹੜੇ ਕਿਹੜੇ ਹੈਗੇ? ਯਾਰ ਮੇਰੇ ਕੋਲ ਤਕਰੀਬਨ 27-10 ਨੂੰ ਮੈਂ ਇਹਨਾਂ ਨੂੰ ਪੇ ਕੀਤੀ ਬੈਂਕ ਦਾ ਜੀ। ਹਾਂਜੀ, ਅਤੇ ਇਹਨਾਂ ਮੇਰੇ ਬੇਟੇ ਨੂੰ ਆਸਟ੍ਰੇਲੀਆ ਵਾਸਤੇ ਫੇਕ
ਜਿਹੜੀ ਆਪਣੀ ਆਫਰ ਲੈਟਰ ਫੇਕ ਦਿੱਤੀ, ਐਡਿਟ ਕਰਕੇ ਉਹ ਆਫਰ ਲੈਟਰ ਦਿੱਤੀ, ਮੈਂ ਉਹਦੀ ਮੇਲ ਕਰਕੇ ਆਸਟ੍ਰੇਲੀਆ ਪਤਾ ਕੀਤਾ ਅਤੇ ਉਹ ਕਹਿੰਦੇ ਵੀ ਇਹ ਤੁਹਾਡਾ ਇਹ ਸਹੀ ਨਹੀਂ ਗਾ, ਇਹ ਫੇਕ ਹੈ ਤੁਹਾਡੀ। ਹਾਂਜੀ ਅੱਛਾ, ਤੁਸੀਂ ਆ ਜਾਓ, ਤੁਹਾਡੇ ਕੋਲ ਵੀ ਡਾਕੂਮੈਂਟ ਕਾਫੀ ਹੈਗੇ ਆ। ਕੀ ਹੋਇਆ, ਕੀ ਸੀ ਤੁਹਾਡੇ, ਤੁਹਾਡਾ ਕਿੰਨਾ ਪੈਸਾ ਫਸਿਆ ਹੋਇਆ ਜੀ? ਮੇਰਾ 11 ਲੱਖ ਰੁਪਇਆ, 11.5 ਲੱਖ ਰੁਪਇਆ ਜੀ। ਕਿੱਥੋਂ ਆਏ ਸੀ? ਜੀਰਕਪੁਰ ਤੋਂ ਜੀ। ਜੀਰਕਪੁਰ ਤੋਂ? ਹਾਂਜੀ ਹਾਂਜੀ। ਅਤੇ ਕਿੱਥੋਂ ਦਾ ਵੀਜ਼ਾ ਲਵਾਇਆ ਸੀ? ਆਸਟ੍ਰੇਲੀਆ ਦਾ ਜੀ। ਆਸਟ੍ਰੇਲੀਆ ਦਾ ਵਰਕ ਪਰਮਿਟ? ਹਾਂਜੀ। ਸਾਰੇ ਕਾਗਜ਼ ਨਕਲੀ ਦੇ ਪਿਆ ਜੀ, ਕੋਈ ਕਾਗਜ਼ ਇਹਨਾਂ ਦਾ ਅਸਲੀ ਨਹੀਂ ਹੈ ਜੀ। ਇਹ ਇਹਨਾਂ ਦੇ ਚੈੱਕ ਵੀ ਸਾਨੂੰ ਦੇ ਪਿਆ ਜੀ, ਇਹਨਾਂ ਦੇ 3-4 ਚੈੱਕ ਫਰੋਡ ਆ ਜੀ। ਕੋਈ ਨਾ ਇਹਨਾਂ ਦਾ ਬੈਂਕ ਦੇ ਵਿੱਚ ਐਡਰੈਸ ਪੂਰਾ ਹੈ, ਨਾ ਥਾਣੇ 'ਚ ਐਡਰੈਸ, ਕੋਈ ਵੀ ਐਡਰੈਸ ਇਹਨਾਂ ਦਾ ਪੂਰਾ ਨਹੀਂ ਹੈ ਸਾਡੇ ਕੋਲ। ਇਹਨਾਂ ਦੀ ਫੋਟੋ, ਅੱਛਾ ਫੋਟੋਆਂ ਵੀ ਹੈਗੀਆਂ, ਇਹ ਫੋਟੋਆਂ ਪਈਆਂ, ਸਾਰਾ ਪਰੂਫ ਹੈ ਜੀ ਸਾਡੇ ਕੋਲ। ਜੋ ਪਰੂਫ ਮੰਗੇਗਾ ਅਸੀਂ ਉਹ ਵੀ ਦੇਣੇ ਨੂੰ ਤਿਆਰ ਹੈ। ਇਹਨਾਂ ਦੀ ਫੋਟੋ ਸਭ ਕੁਛ ਪਿਆ ਸਾਡੇ ਕੋਲ, ਇਹਨਾਂ ਦੇ ਮੈਸੇਜ ਕੰਪਨੀ ਦੇ ਸਾਰਾ ਕੁਛ ਸਾਡੇ ਕੋਲ, ਡਿਟੇਲਾਂ ਪਈਆਂ, ਇਹਨਾਂ ਦੀ ਗੱਡੀ ਨੰਬਰ ਸਭ ਕੁਛ, ਐਡਰੈਸ ਸਾਡੇ ਕੋਲ ਪਿਆ, ਦਿਖਾ ਦਿਓ ਸਾਰੇ ਕਾਗਜ਼ ਸਾਡੇ ਕੋਲ ਪਏ ਆ। ਮੇਰੀ ਗੱਡੀ 'ਚ ਪਏ ਬਹੁਤ ਕਾਗਜ਼ ਪਏ ਆ ਜੀ ਸਾਡੇ ਕੋਲ, ਪੂਰੀ ਫਾਈਲ ਪਈ ਹੈ ਇਹਨਾਂ ਦੀ ਭਰੀ ਵੀ, ਮੈਂ ਪੂਰੀ ਡਿਟੇਲ ਜਿਹੜੀ ਫਿਲਮਾਂ ਬਣਾ ਰਿਹਾ ਉਹਦੀ ਵੀ ਡਿਟੇਲ ਪਈ ਆ ਸਾਡੇ ਕੋਲ। ਵਰਕ ਪਰਮਿਟ ਕਾ ਥਾ ਮੇਰੇ ਬੇਟੇ ਕਾ, ਸਿਕਰ ਸੇ, ਕਰਨਾਟਕਾ ਕਾ, ਹਮੇ ਪਤਾ ਨਹੀਂ ਥਾ ਤਬੀ ਤੋ ਯਹਾਂ ਫਸ ਗਏ, ਪੈਸੇ ਫਸ ਗਏ ਆਪਕੇ। ਮੇਰੇ ਹੈ 25 ਲੱਖ ਰੁਪਏ। 25 ਲੱਖ ਰੁਪਏ ਦੇ ਦਿਏ? ਹਾਂ, 3 ਉਸਕੇ ਦੋਸਤ ਹੈ ਔਰ ਇੱਕ ਮੇਰਾ ਬੇਟਾ ਹੈ। ਅੱਛਾ ਅੱਛਾ, 25 ਲੱਖ ਔਰ ਮੇਰੇ ਬੇਟੇ ਕੇ ਅਕਾਊਂਟ ਸੇ ਦਿਏ ਹੈ। ਮੇਰੇ ਪਾਸ ਮੇ ਉਨਕਾ ਐਗਰੀਮੈਂਟ ਬਣਾ ਹੁਆ ਹੈ ਔਰ ਰਿਸਿਪਟ ਹੈ ਕੰਪਨੀ ਕੀ, ਪੈਸਾ ਦਿਆ ਉਸਕਾ ਸਭ ਹੈ। ਔਰ ਪੁਲਿਸ ਸਟੇਸ਼ਨ ਮੇ ਦੇ ਦਿਆ ਇਹ ਸਭ ਕੁਝ? ਹਾਂ, ਵੋ ਤੋ ਦੇ ਦੇਂਗੇ, ਪੁਲਿਸ ਵਾਲੇ ਅਭੀ ਕੰਪਲੇਨ ਹੀ ਨਹੀਂ ਕਰ ਰਹੇ ਹੈ। ਅੱਛਾ ਅੱਛਾ, ਸ਼ਿਕਾਇਤ ਨਹੀਂ ਦਰਜ ਕਰ ਰਹੇ? ਦਰਜ ਹੀ ਨਹੀਂ ਕਰ ਰਹੇ ਹੈ। ਅੱਛਾ, ਔਰ ਕਿੰਨੇ ਦਿਨ ਹੋ ਗਏ? ਮੇਰੇ ਕੋ 2022 ਮਾਰਚ ਕਾ ਹੈ। ਅੱਛਾ, ਸ਼ਿਕਾਇਤ ਦੀ ਹੋਗਾ ਅਭੀ ਪਤਾ ਨਹੀਂ? ਨਹੀਂ, ਅਭੀ ਤੱਕ ਤੋ ਵੋ, ਅਭੀ ਮੇਰੀ ਬਾਤ ਹੋਈ ਥੀ ਤੋ ਸਮ੍ਰਿਤੀ ਮੈਨੇਜਰ ਬਣੀ ਹੈ ਤੋ ਵੋ ਬੋਲ ਰਹੀ ਹੈ ਕਿ ਆਪਕਾ ਕਾਮ ਹੋ ਜਾਏਗਾ 10 ਤਾਰੀਖ ਤੱਕ, ਨਹੀਂ ਤੋ ਆਪਕਾ ਪੇਮੈਂਟ ਰਿਫੰਡ ਹੋ ਜਾਏਗਾ 15 ਦਿਨ ਮੈਂ, ਐਸੇ ਬੋਲ ਰਹੀ ਹੈ। ਔਰ ਪੁਲਿਸ ਵਾਲੇ ਉਨਕੀ ਲੋਕੇਸ਼ਨ ਟ੍ਰੇਸ ਨਹੀਂ ਕਰ ਰਹੇ ਹੈ, ਫੋਨ ਉਨਕੇ ਮੋਬਾਈਲ ਨੰਬਰ ਚਾਲੂ ਹੈ, ਇਤਨੇ ਦਿਨ ਵਟਸਐਪ ਪੇ ਥੇ ਔਰ ਅਭੀ ਉਨਕੇ ਨੰਬਰ ਚਾਲੂ ਹੈ, ਫਿਰ ਵੀ ਟ੍ਰੇਸ ਨਹੀਂ ਕਰ ਰਹੇ ਹੈ। ਅੱਛਾ, ਪੁਲਿਸ ਨਾਲੇ ਗੁਆਂਢ 'ਚ ਹੀ ਹੈ, 17 ਸੈਕਟਰ ਦੇ ਥਾਣੇ ਦੇ ਬਾਹਰ ਅਸੀਂ ਖੜ੍ਹੇ ਹਾਂ। ਤੁਸੀਂ ਕਿੱਥੋਂ ਆਏ? ਮੈਂ ਜ਼ਿਲ੍ਹਾ ਮੋਗਾ। ਅੱਛਾ, ਮੋਗੇ ਦਾ। ਕਿੰਨੇ ਕੁ ਪੈਸੇ? ਦੇਖੋ, ਸਾਡੇ ਜਿਹੜੇ 2 ਬੰਦੇ ਨਾਲ ਆਏ ਹੋਏ ਆ ਤਰਨ ਤਾਰਨ ਤੋਂ, ਇਹਨਾਂ ਦਾ ਇੱਕ ਦਾ 12 ਲੱਖ ਰੁਪਇਆ, ਇੱਕ ਦਾ 12 ਲੱਖ 40 ਹਜ਼ਾਰ ਰੁਪਇਆ। 25 ਲੱਖ ਇਹਨਾਂ ਦਾ? ਹਾਂ, 25 ਲੱਖ ਰੁਪਇਆ। ਕਿੰਨਾ ਕੁ ਟੋਟਲ, ਕਿੰਨਾ ਕੁ ਇੱਕ ਘੋਟਾਲਾ? ਟੋਟਲ ਇਹ 'ਚ ਪਤਾ ਕੀ ਆ, ਪੰਜਾਬ ਦੇ ਜਿਹੜੇ ਜਿੰਨੇ ਵੀ ਆ, ਮੇਰੇ 40-45 ਦੇ ਕਰੀਬ ਪੰਜਾਬ ਦੇ ਬੰਦੇ ਹੋਣਗੇ ਜਿਹਨਾਂ ਦੇ ਪੈਸੇ ਇਹ ਕੰਪਨੀ ਮਾਰ ਕੇ ਗਈ ਆ 10 ਫਾਇਰ। ਅਤੇ ਸੋ ਇਹਦੇ ਨਾਲ ਨਾਲ ਕੀ ਆ, ਕੋਈ ਹਰ ਰੋਜ਼ ਖੱਜਲ ਖਵਾਰ ਹੋ ਰਹੇ ਆ, 2 ਕੁ ਦਿਨ 2 ਜਣੇ ਆ ਜਾਂਦੇ, 2 ਦਿਨ 2 ਜਣੇ ਆ ਜਾਂਦੇ ਆ। ਸੋ ਇੱਦਾਂ ਕਰਕੇ ਵਿਚਾਰੇ ਉਹ ਪਰਿਵਾਰ ਪੀੜਿਤ ਆ, ਅਤੇ ਪਰ ਉਹਨਾਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਦਾ ਪਿਆ। ਉਹ ਵਾਰ ਵਾਰ ਆਪਦੇ ਚੱਕਰ ਕੱਢਦੇ, ਕੋਈ SSP ਕੋਲ ਜਾਂਦਾ, ਕੋਈ SHO ਕੋਲ ਜਾਂਦਾ, ਕੋਈ ਡਿਪਟੀ ਕੋਲ ਜਾਂਦਾ, ਪਰ ਕਿਤੋਂ ਵੀ ਇਹਨਾਂ ਨੂੰ ਜਿਹੜਾ ਨਿਆਂ ਦੀ ਆਸ ਨਹੀਂ ਹੈਗੀ। ਤੁਸੀਂ ਤੁਸੀਂ ਤੁਹਾਡਾ ਵੀ ਪੈਸੇ? ਹਾਂਜੀ ਹਾਂਜੀ। ਕਿੰਨੇ ਪੈਸੇ ਫਸੇ? ਮੇਰੇ 15.5 ਲੱਖ ਰੁਪਇਆ। ਸਾਢੇ 15.5 ਲੱਖ ਰੁਪਇਆ? 15 ਲੱਖ। ਹਾਂਜੀ। ਅੱਛਾ, ਕਿੱਥੋਂ ਦਾ ਵੀਜ਼ਾ ਲਵਾਇਆ ਸੀ? ਆਸਟ੍ਰੇਲੀਆ ਦਾ ਸੀਗਾ, ਸਟੱਡੀ ਵੀਜ਼ਾ। ਅੱਛਾ, ਅਤੇ ਹੁਣ ਪੈਸੇ ਵਾਪਸ ਨਹੀਂ ਆ ਰਹੇ? ਪੈਸੇ ਵਾਪਸ ਨਹੀਂ ਆ ਰਹੇ ਕੁਛ। ਅੱਛਾ, ਹੁਣ ਸ਼ਿਕਾਇਤ ਪੁਲਿਸ FIR ਦਰਜ ਕਰਾਈ ਆ, ਹਜੇ ਕੁਛ 10 ਨਹੀਂ ਰਹੇ ਪੁਲਿਸ ਵਾਲੇ ਵੀ। ਦਰਜ ਵੀ ਨਹੀਂ ਕੀਤੀ ਆ? ਦਰਜ ਕੀਤੀ ਹੋਈ ਆ। ਅੱਛਾ, ਕੁਛ 10 ਨਹੀਂ ਰਹੇ ਪੁਲਿਸ ਵਾਲੇ ਵੀ, 2 ਬੰਦੇ ਅਰੈਸਟ ਕੀਤੇ ਉਹਨਾਂ ਦੇ, ਉਹ ਵੀ 10 ਨਹੀਂ ਰਹੇ ਕੁਛ। ਅੱਛਾ,
ਹਾਂਜੀ ਕਿਹੜਾ ਪੈਸੇ ਕੀਤੇ ਆ ਅਕਾਊਂਟ 'ਚ ਪਾਏ ਇਹਨਾਂ ਦੇ 12 ਲੱਖ ਰੁਪਈਆ ਅਕਾਊਂਟ 'ਚ ਹੀ ਅਕਾਊਂਟ 'ਚ ਪਾਏ ਇਹਨਾਂ ਦੇ ਸਾਰੀ ਡਿਟੇਲ ਹੈਗੀ ਤੁਹਾਡੇ ਕੋਲ ਹਾਂ ਉਹ ਘਰੇ ਵੀ ਸਾਰੀ ਫਾਈਲ ਇਹਨੂੰ ਪੁਲਿਸ ਨੂੰ ਦਿੱਤੀ ਸਾਰੀ ਜਮ੍ਹਾਂ ਕਰ ਹਾਂਜੀ ਅੱਛਾ ਹੋਰ ਕਿੰਨੇ ਕੁ ਬੰਦੇ ਹੈਗੇ 40 ਬੰਦੇ ਜੀ ਅੱਛਾ ਕਿੰਨੇ ਕੁ ਬੰਦੇ ਹੈਗੇ ਦੋ ਸਾਡੇ 50-60 ਬੰਦੇ ਨਹੀਂ ਸਰ 50-60 ਬੰਦੇ ਹਾਂ ਜਿਨ੍ਹਾਂ ਦੇ ਪੈਸੇ 10 ਲੱਖ ਤੋਂ ਘੱਟ ਤਾਂ ਹੈ ਹੀ ਨਹੀਂ ਕਿਸੇ ਦਾ ਨਹੀਂ ਸਰ 22-22 ਲੱਖ 30-30 ਲੱਖ ਕਿਸੇ ਦਾ 6-6 ਲੱਖ ਵੀ ਹੈਗਾ ਪਰ ਐਂ ਵੀ ਕੋਈ ਰਾਹ ਤਾਂ ਬਾਣੀ ਰਹੇ ਨਾ ਕੋਈ ਪੁਲਿਸ ਵਾਲੇ ਰਾਹ ਪਾ ਰਹੇ ਨੇ ਬਸ ਸੁਣਵਾਈ ਆ ਰਹੇ ਵੀ ਕਰਦੇ ਹਾਂ ਪਰਚੇ ਹੋ ਗਏ ਆ ਹੋ ਰਹੇ ਨੇ ਪਰ ਕੋਈ ਬੰਦੇ ਨੂੰ ਐਂ ਵੀ ਆ ਰਹੇ ਹਾਂ ਬੁਲਾ ਰਹੇ ਨਹੀਂ ਪਰ ਸਾਨੂੰ ਇੱਦਾਂ ਦਾ ਕੋਈ ਰਾਹ ਹੀ ਨਹੀਂ ਦੇ ਰਹੇ ਵੀ ਹਾਂ ਵੀ ਤੁਸੀਂ ਆ ਜਾਓ ਤੁਹਾਡਾ 10 ਪਾਇਰ ਉੱਥੇ ਗੇੜੇ ਕੱਢੇ ਤਾਂ ਫੋਨ ਗੇੜੇ ਕੱਢੇ ਉਹਨਾਂ ਦੇ ਫੋਨ ਹੁਣ ਇੱਥੇ ਗੇੜੇ ਕੱਢ ਰਹੇ ਅਤੇ ਫੋਨ ਨਹੀਂ ਚੱਕ ਰਹੇ ਹੋ ਅਤੇ ਉਹ ਕਹਿ ਦਿੰਦੇ ਸਰ ਤੁਸੀਂ ਬੇਫਿਕਰ ਰਹੋ ਅਸੀਂ ਤੁਹਾਡਾ ਕਰਾਂਗੇ ਸਾਨੂੰ ਟਾਈਮ ਦਿਓ ਵੀ ਅਸੀਂ ਖੁਦ ਮੁਸੀਬਤ 'ਚ ਫਸੇ ਹੋਏ ਹੈਗੇ ਵੀ ਸਾਡਾ ਸਾਥ ਦਿਓ ਵੀ ਅਸੀਂ ਕਰਾਂਗੇ ਅਤੇ ਪੁਲਿਸ ਵਾਲਾ ਸਾਨੂੰ ਕਿਸੇ ਪਾਸੇ ਕੋਈ ਰਾਹ ਦੇਣ ਵਾਲਾ ਹੈ ਨਹੀਂ ਅਸੀਂ DSP ਸਾਹਿਬ ਨੂੰ ਹੀ ਮਿਲੇ ਪਰ ਉਹਨਾਂ ਦਾ ਵੀ ਕਿਸੇ ਨੂੰ ਰਿਸਪੋਂਸ ਨਹੀਂ ਮਿਲਿਆ ਇੰਨਾ ਕੋਈ ਬਸ ਆਈ ਜਾ ਰਹੇ ਹਾਂ ਕੋਈ ਸੁਣਵਾਈ ਨਹੀਂ ਹੋ ਰਹੀ ਬਸ ਆਪਣੀ ਕੁੜੀ ਦੇ ਦਿੱਤੇ ਨੇ ਉਦੋਂ ਦੇ ਨਾਲ ਜੀ ਦਿੱਤੇ ਨੇ ਬਈ ਕੁੜੀ ਉਧਰ ਉਹਦੇ ਪੈਰ ਦਾ ਨਾ ਮੋਢਾ ਟੁੱਟਿਆ ਕਰਕੇ ਬਈ ਉਹਦੇ ਪਤਾ ਨਹੀਂ ਕਿੰਨਾ ਪੱਕਾ ਲਿਖਾ ਹਾਂ ਵਾਹਵਾ ਹੋ ਗਿਆ ਬਈ ਹੁਣ ਪੈਸੇ ਨਹੀਂ ਦਿੰਦੇ ਹਾਂ ਦਿੰਦੇ ਨਹੀਂ ਹਨ ਵੀਰਾ ਅੱਜ ਤਾਂ 8ਵੇਂ ਦਿਨ ਇਹਨਾਂ ਦੇ ਨਾਲ ਹੀ ਇਕੱਠੇ ਹੋ ਜਾਂਦੇ ਨੇ ਉਧਰੋਂ ਉਧਰ ਹੀ ਹਾਂ ਪੈਸੇ ਦਿੰਦੇ ਦੀ ਕੋਈ ਰਾਹ ਸਭ ਨਹੀਂ ਹੈਗਾ ਉਹਨਾਂ 'ਚ ਉਹੀ ਗੱਲ ਨੂੰ ਇਹੋ ਜਿਹਾ ਮੁੰਡਾ ਇਹਦਾ ਪਿਓ ਅਤੇ ਇੱਥੋਂ ਮੁੰਡਾ ਕੱਚਰ ਮੂੰਹ ਲੈ ਗਿਆ ਉਹ ਤਾਂ ਹੀ ਕਲਪਨਾ 'ਚ ਫਿਰਦੀ ਹੈ ਜੀ ਤਾਂ ਬੜੇ ਔਖੇ ਨੇ ਬੜੇ ਔਖੇ ਹੋ ਕੇ ਪੈਸੇ ਦਿੰਦੇ ਨੇ ਲੋਕ ਤਾਂ ਖਾਤਿਆਂ ਦੇ ਵਿੱਚੋਂ 10-10, 15-15, 20-25 ਲੱਖ ਲੋਕਾਂ ਦੇ ਗਿਆ ਤਾਂ ਹਾਲੇ ਤੀਕਰ ਕਿਸੇ ਵੀ ਤਰੀਕੇ ਦਾ ਇਹਨਾਂ ਨੂੰ ਨਿਆਂ ਨਾ ਤਾਂ ਪੁਲਿਸ ਸਟੇਸ਼ਨ 'ਚੋਂ ਮਿਲਿਆ ਅਤੇ ਨਾ ਹੀ ਜਿਹੜੀ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ 10 ਪਾਇਰ ਉਹਨਾਂ ਵੱਲੋਂ ਪੈਸੇ ਵਾਪਸ ਕੀਤੇ ਜਾ ਰਹੇ ਆ ਤਾਂ ਇੰਤਜ਼ਾਰ ਕੀਤਾ ਜਾ ਰਿਹਾ ਨਿਆਂ ਦਾ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ PTC ਨਿਊਜ਼ ਚੰਡੀਗੜ੍ਹ